ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਨ੍ਹਾਂ ਥਾਵਾਂ ਤੇ ਭਾਰੀ ਮੀਂਹ ਦੇ ਨਾਲ ਹੜ੍ਹ ਆਉਣ ਦੀ ਸੰਭਾਵਨਾ ਹੋ ਜਾਓ ਸਾਵਧਾਨ ਦੇਖੋ ਪੂਰੀ ਵੀਡੀਓ ਸੋ ਦੋਸਤੋ ਮਾਨਸੂਨ ਆਪਣੇ ਅੰਤਮ ਪੜਾ ਦੇ ਆ ਤੇ ਦੇਸ਼ ਦੇ 3/4 ਹੀ ਹਿੱਸੇ ਦੇ ਵਿੱਚ ਤੇਜ਼ ਮੀਂਹ ਨਾਲ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ ਜੀ ਕਿੰਨਾ ਕਿੰਨਾ ਥਾਵਾਂ ਤੇ ਭਾਰੀ ਮੀਂਹ ਨਾਲ ਹੜ੍ਹ ਆਉਣ ਦੀ ਸੰਭਾਵਨਾ ਬਣੀ ਹੋਈ ਆ ਦੇਸ਼ ਦੇ ਵਿੱਚ ਤੁਹਾਨੂੰ ਆਪਾਂ ਪੂਰੀ ਖਬਰ ਜਿਹੜੀ ਮੌਸਮ ਦੇ ਸਬੰਧੀ ਦੇਸ਼ ਤੋਂ ਪੂਰੇ ਨੂੰ ਆਪਾਂ ਕਵਰ ਕਰਾਂਗੇ ਇਸ ਵੀਡੀਓ ਚ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕੇ ਉੱਤਰ ਪੱਛਮੀ ਸੂਬਿਆਂ ਚ ਜ਼ਿਆਦਾਤਰ ਨਦੀਆਂ ਆਫਰੀਆਂ ਹਨ ਜਦਕਿ ਪੂਰਬੀ ਸੂਬਿਆਂ ਦੀਆਂ ਨਦੀਆਂ ਦਾ ਹੜ ਇੱਕ ਦੂਜਾ ਦੌਰ ਹੋਵੇਗਾ ਤੇ ਦੇਸ਼ ਚ 750 ਜਲ ਸਰੋਤਾਂ ਤੋਂ ਜ਼ਿਆਦਾਤਰ ਪਹਿਲਾਂ ਹੀ ਨੱਕੋ ਨੱਕ ਜਿਹੜੇ ਭਰ ਚੁੱਕੇ ਹਨ ਤੇ ਪਾਣੀ ਦੀ ਬਹੁਤਾਤ ਹੋਣ ਦੇ ਨਾਲ ਉਨ੍ਹਾਂ ਦੇ ਗੇਂਟ ਖੁੱਲੇ ਜਾ ਸਕਦੇ ਹਨ ਜੋ ਕਿ ਹੜਵਜੋ ਤਬਾਹੀ ਲਿਆ ਸਕਦੇ ਹਨ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਨਦੀਆਂ ਦੇ ਨੇੜੇ ਤੇੜਲੇ ਹੀਟਸਿਆਂ ਨੂੰ ਲੋਕਾਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਪਹਿਲਾਂ ਜਾਰੀ ਕੀਤੇ ਜਾ ਚੁੱਕੇ ਹਨ ਹਿਮਾਲਿਆਈ ਸੂਬੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੋਂ ਲੈ ਕੇ ਉੱਤਰ ਪ੍ਰਦੇਸ਼ ਬਿਹਾਰ ਚਾਰਖੰਡ ਓਡੀਸ਼ਾ ਬੰਗਾਲ ਛਤੀਸਗੜ ਤੇ ਪੰਜਾਬ ਤੋਂ ਭਾਰੀ ਤੋਂ ਲੈ ਕੇ ਮੌਲੇ ਤਰਮੀ ਪੈਣ ਦੇ ਨਾਲ ਨਦੀਆਂ ਆਫ ਵ ਸਕਦੀਆਂ ਹਨ ਜੀ ਮੱਧ ਪ੍ਰਦੇਸ਼ ਗੁਜਰਾਤ ਤੇ ਰਾਜਸਥਾਨ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਜਿਹੜਾ ਉਹ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਚੁੱਕਿਆ ਹੈ ਦੋਸਤੋ ਕੇਂਦਰ ਸਰਕਾਰ ਦੀ ਨਿਸ਼ਾਨਦੇਹੀ ਕੀਤੀ ਹੈ ਜੀ 26 ਸਥਾਨਾਂ ਦੀ ਸੋ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਚੇਤਾਵਨੀ ਤੋਂ 26 ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੇ ਹੜ੍ਹਾਂ ਦੀ ਸਥਿਤੀ ਬਹੁਤ ਵਿਗੜ ਸਕਦੀ ਹੈ ਇਹਨਾਂ ਦੇ ਵਿੱਚੋਂ ਬਿਹਾਰ ਦੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸੇ ਸ਼ਾਮਲ ਹਨ ਹਾਲਾਂਕਿ ਹੜ੍ਹਾਂ ਦੀ ਮਾਰ ਦੇ ਹੇਠਾਂ ਝਾਰਖੰਡ, ਅਸਾਮ, ਉੜੀਸਾ, ਰਾਜਸਥਾਨ ਤੇ ਬੰਗਾਲ ਵੀ ਹੋਣਗੇ। ਦੇਸ਼ ਦੇ ਪ੍ਰਮੁੱਖ 33 ਵੱਡੇ ਤੇ ਛੋਟੇ ਬੰਨ ਵੀ ਆਫਰ ਸਕਦੇ ਹਨ ਜਿੱਥੇ ਪਾਣੀ ਜ਼ਿਆਦਾ ਹੋਣ ਦੇ ਨਾਲ ਗੇਟ ਖੋਲੇ ਜਾ ਸਕਦੇ ਹਨ ਜਿਸ ਦੇ ਨਾਲ ਸਬੰਧਤ ਬੇਸਿਨ ਦੇ ਵਜੋਂ ਖਤਰੇ ਦਾ ਖਦਸ਼ਾ ਜਿਹੜਾ ਜਿਤਾਇਆ ਜਾ ਰਿਹਾ ਹੈ। ਸੋ ਦੋਸਤੋ ਸ਼ਨੀਵਾਰ ਤੱਕ ਉੱਤਰੀ ਸੂਬਿਆਂ ਚੋਂ ਭਾਰੀ ਮੀਂਹ ਦਾ ਅੰਦਾਜ਼ਾ ਮੌਸਮ ਵਿਭਾਗ ਦੇ ਵੱਲੋਂ ਜਤਾਇਆ ਜਾ ਰਿਹਾ ਜੀ ਜਿਨ੍ਹਾਂ ਦੇ ਵਿੱਚ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਚੋਂ 29 ਅਗਸਤ ਦੀ ਰਾਤ ਤੱਕ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ ਸ੍ਰੋਤੇ ਵੀਰ ਨੋਟ ਕਰ ਲੈਣ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਵਾਲੇ 29 ਅਗਸਤ ਦੀ ਰਾਤ ਤੱਕ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ ਜੀ ਉੱਤਰ ਪੂਰਬੀ ਪ੍ਰਦੇਸ਼ਾਂ ਚੋਂ ਵੀ ਭਾਰੀ ਮੀਂਹ ਦਾ ਸਿਲਸਿਲਾ ਪੂਰਾ ਹਫਤਾ ਚੱਲੇਗਾ ਜੀ ਸੂਬਿਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਜੀ ਡੈਮ ਕਿਸੇ ਸਮੇਂ ਵੀ ਆਪਰ ਸਕਦੇ ਹਨ ਇਸ ਦੇ ਦਾਰੇ ਚੋਂ ਆਉਣ ਵਾਲੇ ਖੇਤਰ ਹੜ੍ਹ ਦੀ ਲਪੇਟ ਚ ਆ ਸਕਦੇ ਹਨ ਜੀ ਸੂਬੇ ਚ ਲਗਾਤਾਰ ਮੀਂਹ ਨਾਲ ਉਥੋਂ ਦੀਆਂ ਛੂਟੀਆਂ ਵੱਡੀਆਂ ਨਦੀਆਂ ਕੰਡਿਆਂ ਦੇ ਉੱਪਰੋਂ ਵਗਣ ਲੱਗ ਸਕਦੀਆਂ ਹਨ ਸੋ ਹੁਣ ਪੰਜਾਬ ਵਾਲੇ ਧਿਆਨ ਰੱਖਣ ਜੀ 29 ਅਗਸਤ ਨੂੰ ਪੰਜਾਬ ਦੇ ਨਾਲ ਨਾਲ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਸੋ ਦੋਸਤੋ ਵੱਡੀ ਖਬਰ ਸੀ ਜੀ ਤੁਹਾਨੂੰ ਪੂਰੇ ਦੇਸ਼ ਦੇ ਨਾਲ-ਨਾਲ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੇ ਚੰਡੀਗੜ੍ਹ ਦਾ ਵੀ ਹਾਲ ਦੱਸਿਆ ਜੀ ਪੂਰੀ ਮੀਂਹ ਦੀ ਸੰਭਾਵਨਾ ਹੈ ਹੜ੍ਹ ਵੀ ਆ ਸਕਦੇ ਨੇ ਦੂਜੇ ਦੇਸ਼ਾਂ ਦੇ ਵਿੱਚ ਲਗਾਤਾਰ ਜਿਹੜੇ ਹੜ੍ਹ ਆਏ ਹੋਏ ਹਨ ਜੀ ਜਿਹੜੇ ਦੇਸ਼ਾਂ ਦੇ ਵਿੱਚ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀਆਂ ਹਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ